ਬਠਿੰਡਾ ਥਰਮਲ ਪਲਾਂਟ ਬੰਦ ਕਰਨ ਦੇ ਵਿਰੋਧ ਵਿੱਚ ਪਿਛਲੇ 72 ਦਿਨਾਂ ਤੋਂ ਡੀਸੀ ਦਫ਼ਤਰ ਦੇ ਬਾਹਰ ਧਰਨਾ ਦੇ ਰਹੇ ਥਰਮਲ ਮੁਲਾਜ਼ਮਾਂ ਨੂੰ ਅਣਪਛਾਤੇ ਕਾਰਸਵਾਰਾਂ ਵੱਲੋਂ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ। ਧਰਨਾਕਾਰੀਆਂ ਮੁਤਾਬਕ ਦੇਰ ਰਾਤ ਕੁਝ ਅਣਪਛਾਤਿਆਂ ਨੇ ਉਨ੍ਹਾਂ ਦੇ ਇੱਕ ਮੁਲਾਜ਼ਮ ਨੂੰ ਪਿਸਤੌਲ ਦੀ ਨੋਕ ਤੇ ਧਰਨਾ ਖਤਮ ਕਰਨ ਦੀ ਧਮਕੀ ਦਿੱਤੀ ਅਤੇ ਬਾਅਦ ਵਿੱਚ ਲੋਕ ਇਕੱਠੇ ਹੁੰਦੇ ਵੇਖ ਕਾਰਸਵਾਰ ਫਰਾਰ ਹੋ ਗਏ। ਇਸ ਗੱਲ ਨੂੰ ਲੈ ਕੇ ਥਰਮਲ ਕਰਮੀਆਂ ਨੇ ਸ਼ਹਿਰ ਵਿੱਚ ਰੋਸ ਮਾਰਚ ਕੱਢਿਆ ਅਤੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਮੁਜ਼ਾਹਰਾਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕਿਸੇ ਵੀ ਤਰੀਕੇ ਉਨ੍ਹਾਂ ਦਾ ਧਰਨਾ ਖਤਮ ਕਰਾਉਣਾ ਚਾਹੁੰਦੀ ਹੈ, ਪਰ ਉਹ ਆਪਣੀਆਂ ਮੰਗਾਂ ਪੂਰੀਆਂ ਹੋਣ ਤੱਕ ਪਿੱਛੇ ਨਹੀਂ ਹਟਣਗੇ। ਇਹ ਤਿੰਨ ਜਣੇ ਸੀ ਗੱਡੀ 'ਤੇ ਜੀ, ਦੋ ਅੰਦਰ ਬੈਠੇ ਐਨਕਾਂ ਲੱਗੀਆਂ ਸੀ, ਇੱਕ ਬਾਹਰ ਸੀ, ਉਹਦੇ ਸਿਰ 'ਤੇ ਉਹ ਮੱਥੇ ਤਿਲਕ ਲੱਗਿਆ ਸੀ, ਉੱਤੇ ਹੈਗੀ ਸੀ ਬੋਦੀ, ਚਿੱਟੇ ਰੰਗ ਦੇ ਆਪਣਾ ਕੁੜਤਾ ਪਜਾਮਾ ਪਾਇਆ ਸੀ ਉਹਦੇ। ਉਹ ਆ ਕੇ ਆਉਣ ਸਾਰ ਕਹਿੰਦਾ ਜੀ ਆਪਣੇ ਨੂੰ, ਸਾਡਾ ਵਲੰਟੀਅਰ ਵੀ ਫਿਰਦਾ ਸੀ ਇੱਕ ਬਾਹਰ, ਉਹਨੂੰ ਕਹਿ ਜਾਂਦਾ ਆਪਦਾ ਧਰਨਾ ਚੱਕ ਲਓ ਤੁਸੀਂ, ਨਹੀਂ ਤੁਹਾਡੇ ਗੋਲੀ ਮਾਰੀ ਜਾਊਗੀ। ਅੱਗੋਂ ਸਾਡਾ ਦੂਜਾ ਆ ਗਿਆ ਵਲੰਟੀਅਰ ਵੀਰ, ਕਹਿੰਦਾ ਇੰਨੀ ਤਾਕਤ ਆ ਸਾਡੇ, ਤੂੰ ਗੋਲੀ ਮਾਰ ਕੇ ਦਿਖਾ ਨਾ, ਅਸੀਂ ਤਾਂ ਧਰਨਾ ਅੱਜ ਚੱਕੀਏ ਨਾ ਸਵੇਰੇ ਚੱਕੀਏ ਨਾ। ਹਾਂ, ਉਸ ਤੋਂ ਬਾਅਦ ਭੱਜ ਕੇ ਨਾਲ ਦਿਆਂ ਸਾਡੇ, ਜਦੋਂ ਆਪਣੇ ਦੂਜੇ ਬੰਦੇ ਆ ਗਏ ਨਾਲ ਦੀ ਨਾਲ ਇਕੱਠ ਹੋ ਗਿਆ, ਨਾਲ ਦਿਆਂ ਗੱਡੀ ਲੈ ਕੇ ਜਾ ਵੜੇ। ਹਾਂਜੀ, ਰੋਸ ਮਾਰਚ ਸ਼ਹਿਰ 'ਚ ਕੱਢ ਕੇ ਇੱਧਰ ਜਾ ਕੇ ਸ਼ਹਿਰ 'ਚ, ਪਰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਕੰਪਲੇਂਟ ਆਪਦੀ ਲਿਖਾਤੀ ਆ, ਨਾ ਹੀ ਅੱਜ ਡਰ ਗਏ ਨਾ ਕੋਈ ਸਵੇਰੇ ਡਰ ਗਏ, ਜਿੰਨਾ ਮਾਰੀ ਸਰਕਾਰ, ਇਹ ਸਰਕਾਰ ਦਾ ਕੰਮ ਆ ਡਰਾ ਧਮਕਾ ਕੇ ਸਾਨੂੰ ਇਹ ਆਪਣੇ 15 ਤਰੀਕ ਜੋ ਰੈਲੀ ਆ ਉਹ ਕਰਨਾ ਨਹੀਂ ਦੇਣ ਜਾ ਰਹੇ, ਵੀ ਇਹਨਾਂ ਦਾ ਕੋਈ ਨਾ ਕੋਈ ਕੰਮ ਕਰਕੇ ਇਹਨਾਂ ਨੂੰ ਹਲਾਗੇ ਇੱਥੋਂ। ਹਾਂਜੀ, ਪਟਿਆਲਾ ਸਾਡੀ ਰੈਲੀ ਹੈ, 15 ਬਹੁਤ ਜਾਣਗੇ, ਸਾਰੀਆਂ ਜਥੇਬੰਦੀਆਂ ਸਾਡਾ ਸਾਥ ਦੇ ਰਹੀਆਂ, ਕਿਸਾਨ ਜਥੇਬੰਦੀਆਂ, ਜਿੰਨੀਆਂ ਵੀ ਜਥੇਬੰਦੀਆਂ।